ਦਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡੇ ਇੱਕ ਦਰਸ਼ਕ ਨੇ ਇੱਕ ਸਾਨੂੰ ਫੋਟੋ ਭੇਜੀ ਹੈ, ਜੋ ਫੋਟੋ ਹੈ ਡਾਕਟਰ B.R. ਅੰਬੇਦਕਰ ਦੀ। जी ਨਾਲ ਹੀ ਉਹਨਾਂ ਨੇ ਸਾਨੂੰ ਇੱਕ ਟਿੱਪਣੀ ਭੇਜੀ ਹੈ। ਉਹ ਟਿੱਪਣੀ ਹੈ, ਜੇ ਹਿੰਦੂ ਰਾਜ ਇੱਕ ਹਕੀਕਤ ਬਣ ਜਾਂਦਾ ਹੈ ਤਾਂ ਇਹ ਇਸ ਦੇਸ਼ ਦਾ ਸੱਤਿਆਨਾਸ਼ ਕਰ ਦੇਵੇਗਾ। ਹਿੰਦੂ ਆਪਣੇ ਧਰਮ ਬਾਰੇ ਕੀ ਕਹਿੰਦੇ ਹਨ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਹਕੀਕਤ ਇਹ ਹੈ ਕਿ ਹਿੰਦੂਇਜ਼ਮ ਆਜ਼ਾਦੀ, ਬਰਾਬਰੀ ਦੇ ਸਿਧਾਂਤ ਅਤੇ ਸੱਭਿਆਚਾਰਕ ਸਾਂਝਾਂ ਲਈ ਬਹੁਤ ਵੱਡਾ ਖਤਰਾ ਹੈ। ਇਸ ਤਰ੍ਹਾਂ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਸਾਨੂੰ ਸਾਰਾ ਤਾਣ ਲਾ ਕੇ ਹਿੰਦੂ ਰਾਜ ਨੂੰ ਇੱਕ ਹਕੀਕਤ ਬਣਨ ਤੋਂ ਹਰ ਹਾਲੇ ਰੋਕਣਾ ਚਾਹੀਦਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਡਾਕਟਰ B.R. ਅੰਬੇਦਕਰ ਸਾਊਥ ਏਸ਼ੀਆ ਦੇ ਬਹੁਤ ਹੀ ਰੋਸ਼ਨ ਦਿਮਾਗ ਸਟੇਟਸਮੈਨ ਹੋਏ ਨੇ, ਵਿਦਵਾਨ ਹੋਏ ਨੇ, ਸਕਾਲਰ ਨੇ। ਇਹਨਾਂ ਦੀਆਂ ਲਿਖਤਾਂ ਅੱਜ ਵੀ ਮਾਰਗਦਰਸ਼ਕ ਨੇ। ਜੀ, ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਕਿਸੇ ਵੇਲੇ ਉਹਨਾਂ ਨੇ ਸਿੱਖ ਧਰਮ ਵੱਲ ਝੁਕਾ ਰੱਖਿਆ, ਜੀ, ਪਰ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਸਮੇਂ ਦੀ ਹਾਣ ਦੀ ਨਹੀਂ ਸੀ, ਜਾਂ ਉਹਨਾਂ ਦੀ ਆਪਣੀ ਸੌੜੀ ਸੋਚ ਔਰ ਸੌੜੇ ਹਿੱਤ ਸਨ ਜੀ ਕਿ ਉਹਨਾਂ ਨੇ ਡਾਕਟਰ ਅੰਬੇਦਕਰ ਨੂੰ ਜਿਹੜਾ ਉਸ ਕਿਸਮ ਦਾ ਜੋ ਉਹਨਾਂ ਦੀ ਚਾਹਨਾ ਸੀ, 8-9 ਕਰੋੜ ਉਸ ਵੇਲੇ ਦੇ ਉਸ ਭਾਈਚਾਰਾ, ਦਲਿਤ ਭਾਈਚਾਰਾ ਜਿਨ੍ਹਾਂ ਨੂੰ ਬ੍ਰਾਹਮਣ ਡਿਗਰੀ ਨੇ ਸ਼ੂਦਰ ਬਣਾਇਆ ਹੋਇਆ, ਉਹਨਾਂ ਸਮੇਤ ਉਹ ਸਿੱਖ ਧਰਮ ਦੇ ਵਿੱਚ ਆਉਣਾ ਚਾਹੁੰਦੇ ਸਨ, ਜੀ ਪਰ ਉਹ ਹਾਲਾਤ ਨਹੀਂ ਪ੍ਰੋਵਾਈਡ ਕੀਤੇ ਗਏ। ਉਹ ਫਿਰ ਬਦਜ਼ਨ ਹੋਏ, ਵਾਪਸ ਟਰਨ ਹੋਏ ਜੀ ਔਰ ਪਹਿਲੀ ਉਹਨਾਂ ਨੇ ਜਿਹੜਾ ਸੰਵਿਧਾਨ ਵੀ ਦੇ ਉਹ ਮੇਨ ਮੁੱਖ ਲਿਖਾਰੀ ਵੀ ਨੇ, ਰਾਦਰ ਫਾਦਰ ਨੇ ਇਹਨੇ ਵੇ, ਜੀ ਔਰ ਪਹਿਲੇ ਕਾਨੂੰਨ ਮੰਤਰੀ ਵੀ ਰਹੇ, ਔਰ ਗਾਂਧੀ ਨਹਿਰੂ ਨੂੰ ਚੰਗੀ ਤਰ੍ਹਾਂ ਸਮਝਦੇ ਸੀ। ਪਰ ਮੰਦੇ ਭਾਗ ਇਹ ਰਹੇ ਕਿ ਜਦੋਂ 1930ਵਿਆਂ 'ਚ ਉਹ ਬੜੀ ਸਪਸ਼ਟਤਾ ਨਾਲ ਹਿੰਦੂਵਾਦ ਦੇ ਖਿਲਾਫ ਸਟੈਂਡ ਲੈ ਰਹੇ ਸੀ ਜੀ ਅਤੇ ਗਾਂਧੀ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ, ਇਸ ਕਿਸਮ ਦਾ ਮਾਹੌਲ ਬਣਾ ਦਿੱਤਾ, ਅੰਬੇਦਕਰ ਨੂੰ ਪ੍ਰੈਸ਼ਰਾਈਜ਼ ਕਰ ਦਿੱਤਾ ਗਿਆ, ਜਿਹਦੇ 'ਚੋਂ ਜਿਹੜਾ ਇੱਕ ਪੂਨਾ ਪੈਕਟ ਨਿਕਲਿਆ ਗਾਂਧੀ ਅੰਬੇਦਕਰ ਦੇ ਦਸਤਾਂ ਵਾਲਾ, ਜੀ ਜਿਹਦੇ ਥੱਲੇ ਕਿਉਂਕਿ ਦਲਿਤਾਂ ਦੇ ਖਿਲਾਫ ਰਾਈਟਿੰਗ ਸ਼ੁਰੂ ਹੋ ਰਹੀ ਸੀ, ਮਾਹੌਲ ਬਣ ਰਿਹਾ ਸੀ, ਜੀ ਸੋ ਅਖੀਰ ਉਹਨਾਂ ਨੇ ਇਹਨਾਂ ਦੇ ਨਾਲ ਰਹਿਣਾ ਮੰਨ ਲਿਆ। ਨਤੀਜੇ ਦੇ ਤੌਰ 'ਤੇ ਭਾਵੇਂ ਰਿਜ਼ਰਵੇਸ਼ਨ ਔਰ ਕੁਝ ਸਹੂਲਤਾਂ ਸੰਵਿਧਾਨ ਦੇ ਵਿੱਚ ਮਿਲੀਆਂ, ਪਰ ਜਿਹੜਾ ਪਾਰਟ ਬੜਾ ਪਾਰਟਿੰਗ ਆਫ ਵੇਸ ਸੀ, ਰਸਤਿਆਂ ਦਾ ਆਰਡਰ ਹੋਣਾ ਸੀ, ਉਹ ਗੱਲ ਚੈੱਕ ਹੋ ਗਈ ਜੀ। ਪਰ ਉਹਨਾਂ ਦੀ ਜਿਹੜੀ ਸੋਚ ਬੜੀ ਨਿਖਰੀ ਹੋਈ ਹੈ, ਜਿਵੇਂ ਸਿੱਖ ਫਿਲਾਸਫਰ ਸਰ ਕਪੂਰ ਸਿੰਘ, ਉਹ ਵੀ ਉਹਨਾਂ ਦੇ ਬਹੁਤ ਐਡਮਾਇਰਰ ਨੇ, ਉਹਨਾਂ ਨੂੰ ਬਹੁਤ ਰੋਸ਼ਨ ਦਿਮਾਗ, 20ਵੀਂ ਸਦੀ ਦਾ ਚਿੰਤਕ ਕਹਿੰਦੇ ਨੇ ਜੀ। ਅਤੇ ਉਹਨਾਂ ਨੇ ਇਹ ਜਿਹੜੀ ਟਿੱਪਣੀ ਕੀਤੀ ਹੈ, ਜਿਹੜੀ ਕਿ ਉਹਨਾਂ ਦੀ ਪਿਕਚਰ ਦੇ ਨਾਲ ਸਾਡੇ ਦਰਸ਼ਕ ਨੇ ਭੇਜੀ ਹੈ, ਜੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਅਲਟੀਮੇਟਲੀ ਭਾਵੇਂ ਸੰਵਿਧਾਨ ਉਹਨਾਂ ਨੇ ਲਿਖਿਆ, ਉਹਨੂੰ ਸੈਕੂਲਰ ਸੰਵਿਧਾਨ ਬਣਾਇਆ ਜੀ, ਪਰ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਜਿਹੜਾ ਹਿੰਦੂ ਰਾਜ ਦਾ ਕਾਨਸੈਪਟ ਹੈ, ਜਿਹੜਾ ਗਾਂਧੀ ਦੇ ਦਿਮਾਗ ਦੇ ਵਿੱਚ ਰਾਮ ਰਾਜ ਦੇ ਰੂਪ 'ਚ ਜੀ ਉਹਨੇ ਸਾਹਮਣੇ ਲਿਆਂਦਾ, ਕਹਿਣ ਨੂੰ ਤਾਂ ਇੱਕ ਪਾਸੇ ਘੱਟ ਗਿਣਤੀਆਂ ਨੂੰ ਜਾਂ ਦਲਿਤ ਵਰਗ ਨੂੰ ਇਹ ਮੈਸੇਜ ਸੀ ਕਿ ਰਾਮ ਰਾਜ ਦਾ ਮਤਲਬ ਪੀਸ ਹੈ ਜੀ, ਪ੍ਰੋਸਪੈਰਿਟੀ ਹੈ ਜੀ, ਪਰ ਇਹਦੇ ਅੰਦਰ ਉਹ ਹਿੰਦੂਤਵਾ ਦੀ ਆਤਮਾ ਲੁਕੀ ਹੋਈ ਹੈ। ਜਿਹੜਾ ਹਿੰਦੂਤਵਾ ਦੀ ਆਤਮਾ, ਜਿਹੜੀਆਂ 3 ਗੱਲਾਂ ਉਹਨਾਂ ਨੇ ਕਹੀਆਂ ਕਿ ਇਹ ਜਿਹੜਾ ਹਿੰਦੂ ਧਰਮ ਹੈ, ਆਜ਼ਾਦੀ ਜੀ, ਬਰਾਬਰੀ ਅਤੇ ਸੱਭਿਆਚਾਰਕ ਸਾਂਝਾ, ਜੀ, ਇਹਨਾਂ 3ਾਂ ਦਾ ਦੁਸ਼ਮਣ ਹੈ। ਔਰ ਇਹ ਗੱਲ ਬਿਲਕੁਲ ਠੀਕ ਹੈ, ਆਜ਼ਾਦੀ ਦਾ ਤਾਂ ਕਾਨਸੈਪਟ ਹੀ ਨਹੀਂ ਹੈ। ਜਦੋਂ ਜ਼ਾਤ ਪਾਤੀ ਸਿਸਟਮ ਹੈ, ਬ੍ਰਾਹਮਣ ਉੱਤੇ ਲੈਡਰ 'ਤੇ ਬੈਠਾ, ਲਾ ਮੰਨੂ ਦੇ ਬਣੇ ਹੋਏ ਨੇ, ਅਤੇ ਤੁਹਾਡੇ ਲਈ ਬਾਹਰ ਨਿਕਲਣ ਦਾ ਕਿਹੜਾ ਰਸਤਾ ਹੈ? ਉਹਦੇ ਥੱਲੇ ਸਿਰਫ ਤੁਸੀਂ ਤਾਂ ਹੀ ਜਿਹੜਾ ਉਹ ਰਹਿ ਸਕਦੇ ਹੋ ਇਨ ਪੀਸ, ਜੇ ਤੁਸੀਂ ਬ੍ਰਾਹਮਣ ਨੂੰ ਆਪਣਾ ਦੇਵਤਾ ਮੰਨੋ, ਉਸ ਨੂੰ ਲੀਡਰ ਮੰਨੋ, ਧਾਰਮਿਕ, ਸਮਾਜਿਕ, ਰਾਜਨੀਤਿਕ, ਆਰਥਿਕ, ਅਤੇ ਜਿਹੜੇ ਟੁਕੜੇ ਉਹਨੇ ਸੁੱਟੇ ਨੇ ਉਹਨੂੰ ਲੈ ਕੇ ਤੁਸੀਂ ਜਿਹੜਾ ਆਪਣਾ ਜੀਵਨ ਬਸਰ ਕਰੋ। ਸ਼ੂਦਰਾਂ ਨੂੰ ਕਿਹਾ ਭਾਈ ਤੁਸੀਂ ਸ਼ੂਦਰ ਰਹੋ। ਸੋ ਇਹ ਦੂਸਰੀ ਗੱਲ, ਬਰਾਬਰੀ, ਇਕੁਆਲਿਟੀ, ਡੈਮੋਕਰੇਸੀ ਜਾਂ ਲੋਕਤੰਤਰ ਜਿਹੜਾ ਕਹਿਣ ਨੂੰ ਇੰਡੀਅਨ ਕਾਨਸਟੀਟਿਊਸ਼ਨ ਦਾ ਆਧਾਰ ਹੈ, ਆਧਾਰ ਤਾਂ ਉਸ ਦਾ ਇਕੁਆਲਿਟੀ ਹੈ ਜੀ, ਪਰ ਬਰਾਬਰੀ ਤਾਂ ਹੈ ਨਹੀਂ ਜੀ। ਜਾਤ ਪਾਤ 'ਚ ਤਾਂ ਬਰਾਬਰੀ ਨਹੀਂ ਹੁੰਦੀ, ਜਾਤ ਪਾਤ 'ਚ ਇੱਕ ਉੱਚਾ ਇੱਕ ਨੀਵਾਂ ਹੈ। ਸੋ ਡਾਕਟਰ ਅੰਬੇਦਕਰ ਕਹਿੰਦੇ ਨੇ ਇਹ ਆਜ਼ਾਦੀ ਦਾ ਦੁਸ਼ਮਣ ਹੈ ਜੀ, ਇਹ ਬਰਾਬਰੀ ਦਾ ਦੁਸ਼ਮਣ ਹੈ, ਤਾਂ ਸੱਭਿਆਚਾਰਕ ਸਾਂਝ ਹੈ, ਕਲਚਰਲ ਹਾਰਮਨੀ ਜੀ। ਹੁਣ ਕਲਚਰਲ ਹਾਰਮਨੀ ਕਿਵੇਂ ਹੋਏਗੀ ਜੇ ਮੁਸਲਮਾਨਾਂ ਨੂੰ ਮਲੇਸ਼ ਗਰਦਾਨਿਆ ਹੋਇਆ, ਉਹਨਾਂ ਦੇ ਹੱਥ ਦਾ ਛੋਇਆ ਪਾਣੀ ਵੀ ਨਹੀਂ ਪੀਣਾ ਹੈ ਜੀ, ਉਹਨਾਂ ਨੂੰ ਬਿਲਕੁਲ ਬਾਹਰ ਕੀਤਾ ਹੋਇਆ, ਸਿੱਖਾਂ ਨੂੰ ਹੁਣ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾ ਦਿੱਤਾ ਜੀ। ਸੋ ਸੱਭਿਆਚਾਰ ਕਿਵੇਂ ਹੈ? ਜਿਹੜਾ ਗੰਗਾ ਜਮਨਾ ਸੱਭਿਆਚਾਰ ਹੈ, ਉਹ ਤਾਂ ਬ੍ਰਾਹਮਣ ਡੋਮੀਨੇਟ ਕਰਦਾ ਉਹਨੂੰ। ਸੋ ਉਹਨਾਂ ਨੇ ਜਿਹੜਾ ਮੈਸੇਜ ਦਿੱਤਾ ਡਾਕਟਰ ਅੰਬੇਦਕਰ ਨੇ ਕਿ ਪੂਰੀ ਮਜ਼ਬੂਤੀ ਦੇ ਨਾਲ ਜੀ ਇਸ ਹਿੰਦੂ ਰਾਜ ਨੂੰ
आने तो रोकना चाहिए। सो मैं समझदा भी ये जिहड़ी साडी स्ट्रगल है जी, जे भारत के नक्शे च कोई भी कदावर दलित नेता सिख नेता मुसलमान ईसाई खलोंदा तो इन्हां दी ताकत नूं इकट्ठिया करदा है। सो मैं समझदा भी जिन्नी बोल्डली डॉक्टर अंबेडकर ने ब्राह्मणवाद नूं एक्सपोज किया है किसी होर ने नहीं किया है, हुण दे 20वीं सदी दे विच राजनीतिक तौर पर भी और उन्हां दीआं कोट्स नूं ही और हिंदुस्तान दे विच 200 मिलियन के करीब दलित पापूलेशन है जी, अज ये नक्सलाइट खलोते ने, ये ट्राइबल और दलित ने। सो जे इन्हां दी ताकत दे नाल हिंदुस्तान दा लगभग 140-150 मिलियन मुसलमान लगभग 25 मिलियन सिख अपनी आवाज़ ज्वाइन करदा और 27-28 मिलियन ईसाई तो ये फिर ब्राह्मणवादी टिक नहीं सकणगे। सो असी हाईली एडमायर करते हैं डॉक्टर अंबेडकर दे थॉट नूं भी और धन्नवाद भी करते हैं अपने दर्शक का जिन्होंने कि सानू ये उन्हां दी लिखत भेजी है जी। डॉक्टर साहब साड़ी अगली ईमेल पुणे महाराष्ट्र तो गुरप्रीत सिंह जी की है, ये लिखते हैं 1993 खालसा UNPO का मैंबर बनाया गया सी, इस संस्था की स्वै निर्णय का हक लैन विच की अहमियत है, इसकी मैंबरशिप खत्म किवें हुई, की इस मैंबरशिप नू दोबारा हासिल करने लई कोई यतन किए जा रहे हैं? हाँ जी डॉक्टर साहब किन्हां दी है ईमेल? ये गुरप्रीत सिंह जी की है, ये पुणे महाराष्ट्र तो आई। सब तो पहला तो वीर गुरप्रीत सिंह जी का बहुत बहुत धन्यवाद, सानू लगातारता नाल लिखते ने पुणे तो जी, और सवाल भी उन्होंने बिल्कुल ठीक पूछे है जी, क्योंकि UNPO दी फुल फॉर्म बनती है अनरिप्रेजेंटेड नेशंस एंड पीपल्स ऑर्गेनाइजेशन जी, UNO जिहड़े रैकगनाइज्ड मुल्क ने उन्हां दी बॉडी है, यूनाइटेड नेशंस ऑर्गेनाइजेशन उन्हूं कदे कहिंदे सी हुण ओह नहीं कहिंदे, कल्ला यूनाइटेड नेशंस कहिंदे ने जी, ते जिहड़े नेशन अपनी आज़ादी लई लड़ रहे ने जां जिन्हां दे विच नेशन दे सारे गुण ने और वो अपने आप नूं उन्हां दे लोक मन्नदे ने कि भी असी नेशन है भावें वह अज किसी भी नक्शे दे विच कैद होण जी, उन्हां दी संस्था दे तौर ते ये UNPO जिहड़ी कि कोई अंतरराष्ट्रीय रैकगनाइज्ड नहीं है जिवें UN एक बॉडी है कंट्रीज दी रिप्रेजेंटेटिव्स दी जी, पर इहदी सिंबॉलिक अहमियत है जां अहमियत सी, यही कारण है कि अज जिवें बाल्टिक स्टेटां ने लिथुआनिया लातविया एस्टोनिया जी जिहड़े कि आज़ाद मुल्क बन गए 1991-92 सोवियत यूनियन दे टुटण तों बाद जी, पर जदों वो आज़ाद नहीं सी सोवियत यूनियन दे कंट्रोल थल्ले सी उन्हां दे मुल्क वो मैंबर सी UNPO दे जी, नागालैंड भी मैंबर है UNPO दा जी। सो 1993 दे विच सिखां दे नुमाइंदियां नूं UNPO ने, क्योंकि उस वेले स्ट्रगल भी चल रही सी आर्म्ड स्ट्रगल भी सी, उत्थे खालिस्तान दा झंडा भी लहराया गया है और सिखां नूं जिहड़ी है उन्हां ने उस दी खालिस्तान नूं रादर उस दी मैंबरशिप भी दित्ती अनरिप्रेजेंटेड नेशंस एंड पीपल्स ऑर्गेनाइजेशन दी जी, पर जाहिर है उन्हां दा जिहड़ा सवाल है कि भी क्यों मैंबरशिप खारज क्यों हुई जी, उहदे दो रीज़न ने, एक तां इंडियन गवर्नमेंट दा पूरा प्रभाव इंपैक्ट जिहदे थल्ले उन्हां ने पूरी लॉबी कीती और उन्हां नूं मजबूर कीता कि उन्हां नूं सिखां नूं बाहर कढ़न खालिस्तान नूं। दूसरा पार्ट मैं समझदा हां भी इस मामले ते पंजाब विच स्ट्रगल कर रही हैं सिख ऑर्गेनाइजेशन जी और बाहर जिहड़ियां खालिस्तान की आज़ादी लई लड़ रही तनजीमां ने उन्हां दा कोई आपसी तालमेल नहीं सी जी, कि असीं अपनी स्ट्रेंथ शो कर सकीए कि भी वाकया ही खालिस्तान की स्ट्रगल नूं असीं रिप्रेजेंट करते हैं जी। सो नतीजे दे तौर पर प्रैशर उधरों बन रहा सी, इधर वाली जिहड़ी धिर सी जिन्हां ने इस गल नूं परस्यू कीता वो सारा कुछ अपने खाते तक ही रखना चाहुंदे सी, उन्होंने ओपन अप पंजाब दीयां जथेबंदियां नूं जां दूसरियां फैलो ऑर्गेनाइजेशंस नूं नहीं लिया। सो मौका बन गया इंडियन गवर्नमेंट नूं और सिस्टम नूं अपने प्रैशर नूं अग्गे तोरण दा। सो असीं समझदे हां वी उस तों बाद इक अद्धा अटैम्प्ट 1999 जदों 300 साला समागम होए ने उदों इंग्लैंड दीयां कुछ ऑर्गेनाइजेशंस ने कीता पर कोई वो गल सिरे नहीं चढ़ी। सो अज भी असीं समझदे हां कि मैं हुण फॉलो तां नहीं कीता कदे 1999 वाले च असी जरूर इनवॉल्व भी हुए सी, असी अपनी कंसेंट भी दित्ती सी कि कोई नुमाइंदगी करे सानू कोई इतराज़ नहीं एज लोंग एज खालिस्तान एज ए नेशन इहदा मैंबर मन्निया जांदा। अज भी साडी यही पोजिशन है कि भी इस दी नुमाइंदगी कलैक्टिव सिखां दी नुमाइंदगी होए, खालिस्तान कलैक्टिव सिखां दा है पर कोई भी धिर इस दे लई जे कोई लीडरशिप रोल लैंदी है उदों कुछ पंजाब च वी इस किस्म दा उत्साह सी, हुण हालात
डिफरेंट ने, पर मैं समझदा भी किसी वेले भी इस गल नूं दोबारा जिहड़ा वो यकीनी बनाया जा सकना कोई इम्पॉसिबल नहीं है, भावें डिफिकल्ट जरूर है। जी डॉक्टर साहब, मैं अगली ईमेल पढ़ने तो पहला मैं ब्रेक पर जाना चाहती हूँ जी। व्यूअर्स, इस तरह जुड़े रहो, मिलते हैं आफ्टर दिस शॉर्ट ब्रेक।